ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕਿਵੇਂ ਠੀਕ ਹੋ ਤੁਸੀਂ? ਅੱਜ ਮੈਂ ਜਿਸ ਟੌਪਿਕ 'ਤੇ ਗੱਲ ਕਰਨ ਜਾ ਰਹੀ ਹਾਂ ਉਹ ਹੈ ਕਿ ਜਾਣੇ ਅਣਜਾਣੇ ਵਿੱਚ ਅਸੀਂ ਕਿਵੇਂ ਆਪਣੇ ਆਪ ਨਾਲ ਅੱਤਿਆਚਾਰ ਕਰਦੇ ਹਾਂ। ਮੇਰੇ ਕੋਲ ਅੱਜ ਕੱਲ੍ਹ ਜਿੰਨੇ ਵੀ ਕੇਸ ਆ ਰਹੇ ਆ, ਜਦੋਂ ਮੈਂ ਕਿਸੇ ਕੁੜੀ ਨਾਲ ਗੱਲ ਕਰਦੀ ਹਾਂ, ਕੋਈ ਫੋਰਨ ਵਿੱਚ ਜਾਂ ਇੰਡੀਆ ਦੇ ਵਿੱਚ, ਮੈਨੂੰ ਕਹਿੰਦੇ ਕਿ ਦੀਦੀ ਸਾਡੀ ਸਕਿਨ 'ਤੇ ਇੰਨਾ ਜ਼ਿਆਦਾ ਪੈਚ ਪੈ ਗਿਆ ਪਿਗਮੈਂਟੇਸ਼ਨ ਦਾ। ਕੋਈ ਕਹਿੰਦਾ ਦੀਦੀ ਸਾਡੇ ਫੇਸ਼ੀਅਲ ਹੇਅਰ ਹੋ ਗਏ, ਕੋਈ ਕਹਿੰਦਾ ਦੀਦੀ ਸਕਿਨ 'ਤੇ ਐਕਨੇ ਬੜੇ ਨਿਕਲਦੇ ਪਏ, ਬਹੁਤ ਜ਼ਿਆਦਾ ਬੁਰਾ ਹਾਲ ਹੈ, ਹਾਰਮੋਨਲ ਇੰਬੈਲੈਂਸ ਹੋ ਗਿਆ ਸਾਨੂੰ। ਜਦੋਂ ਮੈਂ ਉਹਨਾਂ ਨਾਲ ਗੱਲ ਕਰਦੀ ਹਾਂ, ਮੈਂ ਰੀਜ਼ਨ ਜਾਣਨ ਦੀ ਕੋਸ਼ਿਸ਼ ਕਰਦੀ ਹਾਂ ਕਿ ਕਾਰਨ ਹੈ ਤੁਹਾਡਾ, ਆਖਿਰ ਕਿਉਂ ਹੁੰਦਾ। ਅਤੇ ਉਹ ਕਹਿੰਦੇ ਦੀਦੀ ਸਾਡਾ ਲਾਈਫ ਵਿੱਚ ਕਿਸੇ ਨਾਲ ਅਫੇਅਰ ਸੀਗਾ, ਅਫੇਅਰ ਹੋਇਆ, ਬ੍ਰੇਕਅਪ ਹੋਇਆ, ਉਸ ਤੋਂ ਬਾਅਦ ਸਾਡਾ ਇਹ ਹਾਲ ਹੋ ਗਿਆ। ਉਹਦੇ ਦੌਰਾਨ ਕਈ ਵਾਰੀ ਅਸੀਂ ਇਹੋ ਜਿਹੀਆਂ ਗਲਤੀਆਂ ਕਰ ਦਿੰਦੇ ਹਾਂ ਜ਼ਿੰਦਗੀ ਦੇ ਵਿੱਚ ਜੋ ਸਾਨੂੰ ਤਮਾਮ ਉਮਰ ਭੁਗਤਣੀਆਂ ਪੈਂਦੀਆਂ। ਸਭ ਤੋਂ ਵੱਡਾ ਰੀਜ਼ਨ ਹੈ ਜਦੋਂ ਅਸੀਂ ਅਬੋਰਸ਼ਨ ਕਰਵਾਉਂਦੇ ਹਾਂ। ਕੋਈ ਵੀ ਕੁੜੀ ਜਦੋਂ ਇਹ ਚੀਜ਼ ਕਰਦੀ ਹੈ ਤਾਂ ਤੁਹਾਨੂੰ ਪਤਾ ਤੁਸੀਂ ਆਪਣੇ ਆਪ ਨੂੰ ਜਿਉਂਦੇ ਜੀ ਮਾਰਦੇ ਹੋ। ਇੱਕ ਜਾਨ ਤਾਂ ਤੁਸੀਂ ਮਾਰ ਦਿੱਤੀ, ਬਟ ਆਪਣੇ ਆਪ 'ਤੇ ਕਿੰਨਾ ਅੱਤਿਆਚਾਰ ਕਰਦੇ ਹੋ। ਉਹ ਜਿਹੜੇ ਤੁਸੀਂ ਪਿਲਸ ਖਾਂਦੇ ਹੋ ਉਹ ਤੁਹਾਡੇ ਹਾਰਮੋਨਸ ਨੂੰ ਅੰਦਰੋਂ ਕਿਵੇਂ ਤਹਿਸ ਨਹਿਸ ਕਰ ਦਿੰਦੇ ਆ। ਜ਼ਿੰਦਗੀ ਵਿੱਚ ਤੁਹਾਡੀ ਉਹ ਬੋਡੀ ਕਦੇ ਵੀ ਨਹੀਂ ਬਣੇਗੀ ਅਗਰ ਤੁਸੀਂ ਕਦੇ ਵੀ ਕੋਂਟਰਾਸੈਪਟਿਵ ਪਿਲਸ ਲੈ ਰਹੇ ਹੋ, ਅਬੋਰਸ਼ਨਸ ਕਰਵਾ ਰਹੇ ਹੋ, ਜਿੰਨੇ ਮਰਜ਼ੀ ਮੈਡੀਕਲ ਟ੍ਰੀਟਮੈਂਟਸ ਲੈ ਲਿਓ, ਲੇਜ਼ਰ ਟ੍ਰੀਟਮੈਂਟਸ ਲੈ ਲਿਓ। ਮੇਰੇ ਕੋਲ ਤਾਂ ਰੋਜ਼ ਹੀ ਇਹੋ ਜਿਹੀ ਕੁੜੀਆਂ ਆਉਂਦੀਆਂ, ਕਲਾਇੰਟਸ ਆਉਂਦੀਆਂ ਕਿ ਜਿਹੜੀਆਂ ਬਹੁਤ ਜ਼ਿਆਦਾ ਪਰੇਸ਼ਾਨ ਹੈ, ਅਮੈਰੀਕਾ ਵਰਗੀਆਂ ਕੰਟਰੀਆਂ ਦੇ ਵਿੱਚ ਉਹਨਾਂ ਨੇ ਲੇਜ਼ਰ ਟ੍ਰੀਟਮੈਂਟ ਕਰਵਾ ਲਏ, ਬਹੁਤ ਕੁਛ ਕਰਵਾ ਲਿਆ, ਫਿਰ ਵੀ ਟਸ ਤੋਂ ਮਸ ਪਿਗਮੈਂਟੇਸ਼ਨ ਨਹੀਂ ਹੁੰਦੀ ਅਤੇ ਨਾ ਹੀ ਹੋਏਗੀ। ਅਗਰ ਤੁਹਾਨੂੰ ਕੋਈ ਡਾਕਟਰ ਕਹਿੰਦੀ ਹੈ ਕਿ ਮੈਂ ਇਹਨੂੰ ਠੀਕ ਕਰ ਦਾਂਗੀ ਤਾਂ ਸਾਰਾ ਸਰ ਝੂਠ ਕਹਿੰਦੀ ਹੈ, ਤੁਸੀਂ 6 ਮਹੀਨੇ ਲਗਾਉਣੇ ਜਾਂ 6 ਸਾਲ ਲਗਾਉਣੇ ਹੈ, ਲਗਾ ਕੇ ਦੇਖ ਲਓ। ਮੈਨੂੰ ਇਸ ਵੀਡੀਓ ਦੇ ਨੀਚੇ ਦੱਸ ਦਿਓ ਕਿ ਅਗਰ ਤੁਸੀਂ ਕਦੇ ਕੋਈ ਗਲਤ ਕੰਮ ਜ਼ਿੰਦਗੀ 'ਚ ਕੀਤਾ, ਉਸ ਤੋਂ ਬਾਅਦ ਤੁਸੀਂ ਕੋਈ ਟ੍ਰੀਟਮੈਂਟ ਕਰਾਇਆ, ਤੁਹਾਡਾ ਉਹ ਚੀਜ਼ ਠੀਕ ਹੋ ਗਈ। ਕਿਉਂਕਿ ਜਦੋਂ ਤੁਸੀਂ ਉਹ ਪਿਲਸ ਖਾਧੀਆਂ, ਕਿੱਥੇ ਗਈਆਂ? ਤੁਹਾਡੇ ਢਿੱਡ ਦੇ ਅੰਦਰ ਗਈਆਂ, ਤੁਹਾਡੀ ਬੋਡੀ ਦੇ ਅੰਦਰ ਗਈਆਂ, ਅਤੇ ਬੋਡੀ ਦੇ ਅੰਦਰ ਜਾਣ ਤੋਂ ਬਾਅਦ ਉਹਨਾਂ ਨੇ ਤੁਹਾਡੇ ਹਾਰਮੋਨਸ ਨੂੰ ਅੰਦਰੋਂ ਚੇਂਜ ਕਰ ਦਿੱਤਾ। ਜਿਹੜੀ ਚੀਜ਼ ਅੰਦਰੋਂ ਚੇਂਜ ਹੋਈ ਉਹ ਬਾਹਰੋਂ ਕਿਵੇਂ ਠੀਕ ਹੋ ਜਾਏਗੀ? ਅਨਟਿਲ ਅਨਲੈਸ ਤੁਸੀਂ ਆਪਣੀ ਬੋਡੀ ਨੂੰ ਅੰਦਰੋਂ ਨਹੀਂ ਠੀਕ ਕਰੋਗੇ, ਅੰਦਰੋਂ ਹੀਲ ਨਹੀਂ ਕਰੋਗੇ, ਜਿਹੜੀਆਂ ਤੁਸੀਂ ਸਟੀਰੋਇਡਸ ਦੀਆਂ ਗੋਲੀਆਂ ਖਾਧੀਆਂ ਉਹਨਾਂ ਨੂੰ ਵਾਸ਼ ਆਊਟ ਨਹੀਂ ਕਰੋਗੇ, ਫਿਰ ਜੋ ਵੀ ਸਰੀਰ ਵਿੱਚ ਕਮੀਆਂ ਆਈਆਂ, ਆਇਰਨ ਦੀ ਕਮੀ ਹੈ ਜਾਂ ਕਿਹੜੀ ਕਮੀ ਹੈ ਜਾਂ ਕੋਲੇਜਨ ਦੀ ਕਮੀ ਹੋਗੀ, ਜਿਸ ਚੀਜ਼ ਨੇ ਤੁਹਾਡੇ ਇਸ ਪਾਰਟ ਨੂੰ ਖਤਮ ਕਰਕੇ ਰੱਖ ਦਿੱਤਾ, ਉਹ ਦਵਾਈਆਂ ਉਹ ਟ੍ਰੀਟਮੈਂਟ ਕਿਵੇਂ ਤੁਹਾਨੂੰ ਠੀਕ ਕਰਨਗੇ? ਤੁਸੀਂ ਸਾਰੇ ਆਪ ਪੜ੍ਹੇ ਲਿਖੇ ਸਮਝਦਾਰ ਹੋ। ਉਹਦਾ ਇੱਕੋ ਹੀ ਹੱਲ ਹੈ, ਅੰਦਰੋਂ ਖਰਾਬ ਹੋਏ ਹੋ, ਅੰਦਰੋਂ ਆਪਣੇ ਆਪ ਨੂੰ ਠੀਕ ਕਰੋ, ਅੱਛੀ ਡਾਈਟ ਲੈਣੀ ਸ਼ੁਰੂ ਕਰੋ, 2 ਟਾਈਮ ਵਰਕਆਊਟ ਸ਼ੁਰੂ ਕਰੋ, ਪਰਮਾਤਮਾ ਨਾਲ ਕਨੈਕਟ ਹੋਣ ਦੀ ਕੋਸ਼ਿਸ਼ ਕਰੋ, ਕੁਦਰਤ ਨਾਲ ਕਨੈਕਟ ਹੋਣ ਦੀ ਕੋਸ਼ਿਸ਼ ਕਰੋ। ਦਿਨ ਵਿੱਚ ਅਗਰ ਤੁਸੀਂ ਇੱਕ ਵੀ ਕੋਈ ਗੋਲੀ ਖਾਂਦੇ ਹੋ ਤਾਂ ਸਾਰੀਆਂ ਗੋਲੀਆਂ ਬੰਦ ਕਰ ਦਿਓ, ਮੈਡੀਸਿਨਸ ਬਿਲਕੁਲ ਚੱਕ ਕੇ ਬਾਹਰ ਸਿੱਟ ਦਿਓ। ਆਪਣੇ ਆਪ ਨੂੰ ਹਰੀਆਂ ਸਬਜ਼ੀਆਂ ਦੇ ਉੱਪਰ ਲੈ ਕੇ ਆਓ, ਫਰੂਟਸ ਲੈ ਕੇ ਆਓ, ਵੈਜੀਜ਼ ਲੈ ਕੇ ਆਓ, ਜਿੰਨਾ ਹੋ ਸਕੇ ਫਰੈਸ਼ ਚੀਜ਼ਾਂ ਖਾਣੀਆਂ ਸ਼ੁਰੂ ਕਰੋ, ਅੱਛਾ ਸੋਚਣਾ ਸ਼ੁਰੂ ਕਰੋ। ਜੋ ਲੋਕ ਤੁਹਾਡੀ ਕਦਰ ਨਹੀਂ ਕਰਦੇ, ਜਿੰਨਾ ਕਰਕੇ ਤੁਸੀਂ ਆਪਣਾ ਸਰੀਰ ਗਵਾ ਲਿਆ, ਆਪਣਾ ਜੀਵਨ ਗਵਾ ਲਿਆ, ਮੈਂਟਲ ਪੀਸ ਗਵਾ ਲਿਆ, ਉਹਨਾਂ ਪਿੱਛੇ ਰੋਣ ਦਾ ਕੀ ਫਾਇਦਾ? ਸਾਰਿਆਂ ਦੀ ਜ਼ਿੰਦਗੀ 'ਚ ਪਿਆਰ ਹੁੰਦਾ, ਸਾਰਿਆਂ ਦੀ ਜ਼ਿੰਦਗੀ 'ਚ ਉਹ ਮੋੜ ਆਉਂਦਾ, ਉਹ ਦੌਰ ਆਉਂਦਾ, ਹਰ ਇੱਕ ਦੀ ਜ਼ਿੰਦਗੀ ਵਿੱਚ ਆਉਂਦਾ। ਇਹਦਾ ਮਤਲਬ ਇਹ ਤਾਂ ਨਹੀਂ ਅਸੀਂ ਆਪਣੇ ਆਪ ਨੂੰ ਖਤਮ ਕਰ ਲਈਏ, ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰੋ, ਅੱਜ ਵੀ ਲੇਟ ਨਹੀਂ ਹੋਇਆ। ਇੱਕ ਮੇਰੀ ਬੜੀ ਪੱਕੀ ਸਹੇਲੀ ਸੀਗੀ, ਉਹਦਾ ਬੜੇ ਇੱਕ ਮੁੰਡੇ ਦੇ ਨਾਲ ਬੜਾ ਸਟਰੋਂਗ ਅਫੇਅਰ ਸੀਗਾ, ਇੰਨਾ ਜ਼ਿਆਦਾ ਸਟਰੋਂਗ ਅਫੇਅਰ ਸੀ। ਕਹਿੰਦੀ ਸੀ ਦੀਦੀ ਮੈਂ ਇਹਦੇ ਬਿਨਾਂ ਜੀ ਨਹੀਂ ਪਾਵਾਂਗੀ, ਜੇ ਮਤਲਬ ਮੇਰੀ ਕਲਾਇੰਟ ਹੀ ਸੀਗੀ, ਭੈਣਾਂ ਵਾਂਗੂ ਸਾਡਾ ਪਿਆਰ ਸੀ, ਵੀ ਜੇ ਇਹਨੇ ਮੇਰੇ ਨਾਲ ਵਿਆਹ ਨਹੀਂ ਕੀਤਾ ਤਾਂ ਮੈਂ ਮਰ ਜਾਵਾਂਗੀ। ਅੱਜ ਉਸ ਮੁੰਡੇ ਨੇ ਉਸ ਕੁੜੀ ਨਾਲ ਬ੍ਰੇਕਅਪ ਕਰ ਲਿਆ, ਦੋਨਾਂ ਦੀ ਗੱਲ ਖਤਮ ਹੋ ਗਈ, ਮੇਰੇ ਖਿਆਲ 1.5 ਸਾਲ ਹੋ ਗਿਆ। ਇਸ ਮਹੀਨੇ ਉਸ ਕੁੜੀ ਦਾ ਵਿਆਹ ਹੈ ਔਰ ਉਹਨੂੰ ਇੰਨਾ ਚੰਗਾ ਮੁੰਡਾ ਮਿਲਿਆ। ਮੈਂ ਕਹਿੰਦੀ ਹਾਂ ਪਹਿਲਾਂ ਮੁੰਡਾ ਕੁਛ ਵੀ ਨਹੀਂ ਸੀਗਾ ਔਰ ਇਹ ਮੁੰਡਾ ਉਹਦੇ ਪੈਰ ਧੋ ਕੇ ਪੀਂਦਾ, ਇੰਨੀ ਕੇਅਰ, ਇੰਨੀ ਕਦਰ ਕਰਦਾ ਇਸ ਕੁੜੀ ਦੀ। ਮੈਂ ਆਪ ਉਸ ਮੁੰਡੇ ਨਾਲ ਗੱਲ ਕੀਤੀ, ਉਸ ਕੁੜੀ ਨੇ ਮੇਰੀ ਗੱਲ ਕਰਵਾਈ, ਉਹ ਕਹਿੰਦਾ ਵੀ ਮੇਰੇ ਤੋਂ ਵਧੀਆ ਕਿਸਮਤ ਵਾਲਾ ਬੰਦਾ ਕੋਈ ਦੁਨੀਆਂ 'ਚ ਨਹੀਂ ਹੋਏਗਾ ਜਿਹਨੂੰ ਇਹ ਕੁੜੀ ਮਿਲ ਗਈ। ਦੇਖੋ ਜਿਹੜੀ ਕੁੜੀ ਕਿਸੇ ਹੋਰ ਬੰਦੇ ਪਿੱਛੇ ਰੋਂਦੀ ਫਿਰਦੀ ਸੀ, ਪਾਗਲ ਹੋ ਗਈ ਸੀਗੀ, ਕਹਿੰਦੀ ਸੀ ਮੈਂ ਜੀ ਨਹੀਂ ਸਕਦੀ, ਅਤੇ ਅੱਜ ਉਹਨੂੰ ਇੰਨਾ ਕਦਰ ਵਾਲ ਕਰਨ ਵਾਲਾ ਬੰਦਾ ਮਿਲਿਆ ਜਿਹੜਾ ਉਹਦੇ ਪੈਰਾਂ ਥੱਲੇ ਹੱਥ ਰੱਖ ਰਿਹਾ। ਪਤਾ ਨਹੀਂ ਹੁੰਦਾ ਖੋਰੇ ਪਰਮਾਤਮਾ ਨੇ ਕਿੱਡਾ ਕੁ ਵਧੀਆ ਜੀਵਨ ਸਾਥੀ ਸਾਡੇ ਮੋਹਰੇ ਗਾਂ ਲਿਖਿਆ ਹੋਵੇ ਅਤੇ ਅਸੀਂ ਪਿਛਲੇ ਨੂੰ ਰੋਈ ਜਾਈਏ। ਨਹੀਂ, ਪਿਆਰ ਕਰੋ, ਕਦਰ ਕਰੋ, ਪਰ ਜੇ ਉਹ ਤੁਹਾਡੀ ਕਦਰ ਨਹੀਂ ਕਰਦਾ, ਉਹਦੇ ਪਿੱਛੇ ਆਪਣੀ ਜ਼ਿੰਦਗੀ, ਆਪਣਾ ਫੇਸ, ਆਪਣੀ ਬੋਡੀ ਬਰਬਾਦ ਨਾ ਕਰੋ। ਇਹ ਤੋਂ ਚੰਗਾ ਹੀ ਹੈ ਪਰਮਾਤਮਾ ਦਾ ਨਾਮ ਲੈ ਲਓ, ਪੜ੍ਹਾਈ ਵੱਲ ਧਿਆਨ ਦਿਓ ਜਾਂ ਆਪਣੀ ਜੋਬ, ਆਪਣੇ ਕਰੀਅਰ ਵੱਲ ਧਿਆਨ ਦਿਓ, ਆਪਣੇ ਆਪ ਨੂੰ ਉਸ ਪੋਜੀਸ਼ਨ 'ਤੇ ਲੈ ਕੇ ਜਾਓ ਕਿ ਉਹ ਇਨਸਾਨ ਵੀ ਜਦੋਂ ਤੁਹਾਨੂੰ ਦੇਖੇ, ਕਾਮਯਾਬ ਹੁੰਦਾ ਦੇਖੇ, ਤਾਂ ਉਹ ਕਹੇ ਯਾਰ ਮੈਂ ਬੜੀ ਵੱਡੀ ਗਲਤੀ ਕਰਤੀ ਇਸ ਇਨਸਾਨ ਨੂੰ ਛੱਡ ਕੇ। ਜ਼ਿੰਦਗੀ 'ਚ ਕਿਸੇ ਨੇ ਕੰਮ ਨਹੀਂ ਆਉਣਾ ਸਿਵਾਏ ਤੁਹਾਡੇ ਸਟੇਟਸ ਦੇ, ਸਿਵਾਏ ਤੁਹਾਡੇ ਮਾਂ ਪਿਓ ਦੇ।
सो अपने माँ प्यो का ध्यान रखो, जिंदगी च पैसा कमाओ, एक करियर नो हासिल करो, सारा कुछ आपे ठीक हो जूगा। और प्लीज दवाइयां लेनिया छड़ दो, नहीं तो पिगमेंटेशन सारी उम्र जदों तक जींदे हो नाल ही चलूगा। सत श्री अकाल जी।